ਦੱਸ ਦਈਏ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਕਾਰ ਸਵਾਰ ਵੱਲੋਂ ਦੋ ਲੋਕਾਂ ਨੂੰ ਕੁਚਲ ਦਿੱਤਾ ਗਿਆ ਜਿਹਦੇ ਵਿੱਚ ਇਹਨਾਂ ਦੋਨਾਂ ਸ਼ਖਸਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਅੱਗੇ ਜਾ ਕੇ ਸ਼ਖਸ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦੇ ਕਿ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਏਟੀਐਮ ਤੋਂ ਪੈਸੇ ਕਢਵਾ ਕੇ ਆ ਰਿਹਾ ਸੀ ਨੌਜਵਾਨ ਜਿਸਦਾ ਨਾਮ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਅਤੇ ਉਮਰ 29 ਸਾਲ ਸੀ ਅਤੇ ਜਦ ਇਹ ਰੋਡ ਕਰੋਸ ਕਰ ਰਿਹਾ ਹੁੰਦਾ ਹੈ ਤਾਂ ਸਾਹਮਣੇ ਤੋਂ ਆ ਰਹੀ ਕਾਰ ਇਸਨੂੰ ਜ਼ਬਰਦਸਤ ਟੱਕਰ ਮਾਰਦੀ ਹੈ ਅਤੇ ਕੁਚਲਦੀ ਹੋਈ ਅੱਗੇ ਚਲੀ ਜਾਂਦੀ ਹੈ ਜਿਸ ਦੇ ਵਿੱਚ ਇਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਇਸ ਤੋਂ 2 ਕਿਲੋਮੀਟਰ ਦੂਰ ਅੱਗੇ ਇਹੀ ਕਾਰ ਅੱਗੇ ਜਾ ਕੇ ਇੱਕ 70 ਸਾਲਾ ਬਜ਼ੁਰਗ ਨੂੰ ਵੀ ਕੁਚਲ ਦਿੰਦੀ ਹੈ ਅਤੇ ਉਸ ਬਜ਼ੁਰਗ ਦੀ ਵੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਅੱਗੇ ਜਾ ਕੇ ਕਾਰ ਚਾਲਕ ਆਪਣੀ ਗੱਡੀ ਰਸਤੇ ਦੇ ਵਿੱਚ ਹੀ ਛੱਡ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਲੱਗਦੀ ਹੈ ਅਤੇ ਪੁਲਿਸ ਵੱਲੋਂ ਮ੍ਰਿਤਕਾਂ ਦੀ ਡੈੱਡ ਬੋਡੀ ਨੂੰ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਜਾਂਦਾ ਹੈ ਅਤੇ ਜਦ ਇਸ ਸੰਬੰਧੀ ਜਾਂਚ ਕੀਤੀ ਜਾਂਦੀ ਹੈ ਤਾਂ ਅੱਗੇ ਜਾ ਕੇ ਉਹਨਾਂ ਨੂੰ ਉਸ ਕਾਰ ਚਾਲਕ ਦੀ ਕਾਰ ਵੀ ਬਰਾਮਦ ਹੋ ਜਾਂਦੀ ਹੈ ਜੋ ਕਿ ਪੁਲਿਸ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਪਰ ਹਾਲੇ ਤੱਕ ਉਹ ਕਾਰ ਚਾਲਕ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਚੱਲ ਰਿਹਾ ਹੈ। ਇਸ ਸੰਬੰਧੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦੋ ਲੋਕਾਂ ਨੂੰ ਇਸ ਕਾਰ ਚਾਲਕ ਵੱਲੋਂ ਟੱਕਰ ਮਾਰੀ ਗਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਸੀ ਅਤੇ ਇੱਕ ਬਜ਼ੁਰਗ ਸੀ ਤਾਂ ਦੋਨਾਂ ਨੂੰ ਕੁਚਲਦੀ ਹੋਈ ਕਾਰ ਇਹ ਅੱਗੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਅੱਗੇ ਜਾ ਕੇ ਕਾਰ ਚਾਲਕ ਗੱਡੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਇਹ ਮੇਰੇ ਬ੍ਰਦਰ ਸੀ, ਮੇਰੇ ਚਾਚਾ ਜੀ ਦਾ ਲੜਕਾ ਸੀ, ਅੰਮ੍ਰਿਤਪਾਲ ਸਿੰਘ ਨਾਂ ਸੀ ਇਹਦਾ। ਇਹ ਅਤੇ ਇਹਦਾ ਬ੍ਰਦਰ ਦੋਨੇ ਤੋਂ ਵੱਡਾ ਅਮਰਿੰਦਰ, ਇਹ ਨਾ ਇੱਥੇ ਕੇਂਦਰਾ ਬੈਂਕ ਲਾ ਕੇ ਪੈਸੇ ਕਢਾਉਣ ਆਏ ਸੀ। ਇੱਕ ਆ ਕਾਰ ਖੜੀ ਹੈ ਇੱਥੇ ਲੱਗੇ ਹੀ, ਇਹ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਸੀ, ਇਹਨੂੰ ਰੋਡ ਦੇ ਸਾਈਡ 'ਤੇ ਖੜੇ ਨੂੰ ਇਹਨੇ ਹਿੱਟ ਕੀਤਾ, ਐਜ ਦੀ ਸਪੋਟ ਇਹਦੀ ਉੱਥੇ ਡੈੱਥ ਹੋ ਗਈ। ਇਸ ਤੋਂ ਬਾਅਦ ਇਹ ਗੱਡੀ ਬਲੱਗਣਾ ਰੋਡ ਨੂੰ ਗਈ ਆ, ਉੱਥੇ ਰਸਤੇ ਵਿੱਚ ਜਾ ਕੇ ਫਿਰ ਇੱਕ ਇਹਨੇ ਐਕਸੀਡੈਂਟ ਕੀਤਾ, ਉਹ ਵੀ ਬੰਦੇ ਦੀ ਮੌਕੇ 'ਤੇ ਉੱਥੇ ਡੈੱਥ ਹੋ ਗਈ। ਤਾਂ ਉਹ ਤੋਂ ਬਾਅਦ ਇਹ ਗੱਡੀ ਭਜਾ ਕੇ ਇੱਥੋਂ ਫਰਾਰ ਹੋ ਗਿਆ। ਇਹ ਗੱਡੀ ਰਾਤ ਪੁਲਿਸ ਨੂੰ ਪ੍ਰਧਾਵੇ ਲਾਗੇ ਪਿੰਡ ਹੈਗੀ ਆ, ਇੱਕ ਲੁੱਕ ਪਲਾਂਟ ਆ ਉਹਦੇ ਲਾਗਿਓਂ ਬਰਾਮਦ ਹੋਈ ਆ ਅਤੇ ਪਤਾ ਲੱਗਾ ਕਿ ਪ੍ਰਧਾਵੇ ਪਿੰਡ ਦਾ ਇਹ ਮੁੰਡਾ ਫੌਜੀ ਆ ਜਿਹਨੇ ਐਕਸੀਡੈਂਟ ਕੀਤਾ, ਆਪ ਉਹ ਹਜੇ ਤੱਕ ਫਰਾਰ ਹੈ, ਮਿਲਿਆ ਨੀਗਾ। ਅਤੇ ਬੜੀ ਮਾੜੀ ਘਟਨਾ ਹੋਈ ਆ ਜੀ, ਮੁੰਡਾ ਸਾਡਾ 26-27 ਸਾਲ ਦਾ ਮੁੰਡਾ ਸਾਡਾ ਸੀਗਾ ਜੀ। ਤਾਂ ਬੰਦਾ ਦੋ ਬੰਦੇ ਮਾਰ ਕੇ ਹਲੇ ਫਰਾਰ ਹੈ ਜੀ, ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ, ਗੱਡੀ ਟਰੇਸ ਬਰਾਮਦ ਕਰ ਲਈ ਹੈ ਪੁਲਿਸ ਨੇ। ਮੇਰੇ ਫਾਦਰ ਕਿੱਥੇ ਗਏ ਸੀ ਇਹ ਜਦੋਂ? ਇਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀਗੇ, ਆਉਂਦੇ ਟਾਈਮ ਬੈਕ ਸਾਈਡ ਤੋਂ ਇਹਨਾਂ ਹਿੱਟ ਕੀਤੀ ਹੈ ਗੱਡੀ ਨਾਲ। ਉਹ ਸ਼ਾਇਦ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਡਰਿੰਕ ਕੀਤੀ ਹੋਈ ਸੀ, ਨਸ਼ੇ ਵਿੱਚ ਸੀਗਾ, ਹਿੱਟ ਕਰਨ ਤੋਂ ਬਾਅਦ ਫਰਾਰ ਹੋ ਗਿਆ। ਹੁਣ ਅੱਗੇ ਜਾ ਕੇ ਗੱਡੀ ਛੱਡਤੀ ਹੈਗੀ, ਠੀਕ ਹੈ, ਝਾੜਿਆਂ ਵਿੱਚ ਗੱਡੀ ਛੱਡ ਕੇ ਫਰਾਰ ਹੋ ਗਏ। ਕੀ ਮੰਗ ਕਰਦੇ ਸੀ? ਔਰ ਅਸੀਂ ਗੌਰਮੈਂਟ ਤੋਂ ਇਹੀ ਚਾਹੁੰਦੇ ਹਾਂ ਕਿ ਇਹੋ ਜਿਹੇ ਹਾਦਸੇ ਰੋਕਣੇ ਚਾਹੀਦੇ ਹੈਗੇ, ਠੀਕ ਹੈ ਜੀ, ਕਿਉਂਕਿ ਇੱਕ ਸਾਥ ਦੋ ਪਰਿਵਾਰ ਉੱਜੜ ਚੁੱਕੇ ਨੇ। ਹਾਂਜੀ, ਕੱਲ੍ਹ ਸਾਡੇ ਕੋਲ ਜੀ 14-2 ਨੂੰ ਇੱਕ ਦੋ ਕੇਸ ਆਇਆ, ਇੱਕ 6:45 ਆਇਆ, ਅੰਮ੍ਰਿਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ, ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ, ਹੈੱਡ ਇੰਜਰੀ ਸੀ, ਸਾਡੇ ਕੋਲ ਬਰੋਡ ਡੈੱਡ ਆਇਆ ਹੈਗਾ। ਅਤੇ ਦੂਸਰਾ ਕੇਸ ਜਿਹੜਾ ਆ 7 ਵਜੇ ਕੱਲ੍ਹ ਸ਼ਾਮੀ ਆਇਆ, ਬਖਸ਼ੀ ਰਾਮ ਪਿੰਡ ਬਲੱਗਣਾ ਦਾ ਸੀ, ਇਹ ਵੀ ਰੋਡ ਸਾਈਡ ਇਸ ਨਾਲ ਬਰੋਡ ਡੈੱਡ ਸੀ, ਹੈੱਡ ਇੰਜਰੀ ਸੀਗੀ। ਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਇਨਫੋਰਮ ਕਰ ਦਿੱਤਾ ਗਿਆ ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚਰੀ ਵਿੱਚ ਕਰ ਦਿੱਤੀਆਂ ਗਈਆਂ। ਬੀਤੀ ਸ਼ਾਮ ਦਸੂਹਾ ਤੋਂ ਇੱਕ ਵਾਰ ਫਿਰ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਆਲਟੋ ਕਾਰ ਵੱਲੋਂ ਦੋ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਦੋਨਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਸਭ ਤੋਂ ਪਹਿਲਾਂ ਕੈਮਰਾਮੈਨ ਕਹੂੰਗਾ ਦਿਖਾ ਦੇਣ ਇੱਕ ਵਾਰੀ ਕਿ ਮੇਰੇ ਸਾਹਮਣੇ ਜਿਹੜੀ ਕਾਰ ਆ ਇਹ ਆਲਟੋ ਕਾਰ ਜਿਹੜੀ ਹੈ ਕੱਲ੍ਹ ਦੇਰ ਸ਼ਾਮ ਜਿਹੜੀ ਹੈ ਦਸੂਹਾ ਦੇ ਬਲੱਗਣਾ ਚੌਂਕ ਵਿਖੇ ਏਟੀਐਮ 'ਚੋਂ ਪੈਸੇ ਕਢਾ ਕੇ ਆ ਰਹੇ ਨੌਜਵਾਨ ਅੰਮ੍ਰਿਤਪਾਲ ਨੂੰ ਹਿੱਟ ਕਰਦੀ ਹੈ ਅਤੇ ਉਸ ਤੋਂ ਬਾਅਦ ਇਸੇ ਕਾਰ ਦਾ ਚਾਲਕ ਘਬਰਾਹਟ ਵਿੱਚ ਜਿਹੜਾ ਆ ਉਸ ਤੋਂ ਕੁਛ ਹੀ ਕਿਲੋਮੀਟਰ ਦੂਰੀ 'ਤੇ ਇੱਕ ਹੋਰ ਬਖਸ਼ੀ ਰਾਮ ਨਾਮ ਦੇ ਵਿਅਕਤੀ ਜੋ ਕਿ ਬਜ਼ੁਰਗ ਸੀ 70 ਸਾਲ ਦੇ ਉਹਨਾਂ ਨੂੰ ਵੀ
ਹਿੱਟ ਕਰ ਦਿੱਤਾ ਜਾਂਦਾ ਹੈ। ਹਿੱਟ ਕਰਨ ਤੋਂ ਬਾਅਦ ਜਿਹੜੀ ਹੈ ਦੋਨੇ ਇੱਕ ਨੌਜਵਾਨ ਅਤੇ ਬਜ਼ੁਰਗ ਦੀ ਦੱਸਿਆ ਜਾ ਰਿਹਾ ਕਿ ਮੌਕੇ 'ਤੇ ਹੀ ਮੌਤ ਹੋ ਗਈ ਸੀ। ਤਾਂ ਉਸ ਤੋਂ ਬਾਅਦ ਜਿਹੜਾ ਇਸ ਕਾਰ ਦਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਦੇਰ ਰਾਤ ਪੁਲਿਸ ਨੇ ਉਸਦੀ ਕਾਰ 'ਤੇ ਬਰਾਮਦ ਕਰ ਲਈ, ਪਰ ਆਰੋਪੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।